देखो शहीद का दर्जा उन्हां लोकां ने थोड़ा देना है जिहड़े लटेरे हाकमां दीआं नीतियां ते चलदे ने। शहीद का दर्जा तां उह शहीद नूं ही दे सकदे ने जिहड़े शहीद दे राहां ते चलदे ने, उहदे राहां नूं परनाए होए ने, जिन्हां ने कुर्सियां करसियां पासे रख के लोकां दी लड़ाई लड़ी है वो लोग ही राह नूं चुण सकदे ने। बेशक कह सकदा भगवंत मान उन्हें भगत सिंह दे बसंती रंग की पग बन के ते चुन्नियां लैके जां खड़कड़ कलां दे सौं समागम चुक के भगत सिंह नहीं बन सकता। उहदियां नीतियां नूं ते चल के तां भगत सिंह दा बैठदा ही ना, उह कहिंदा वी जे मैं इत्थे काणी वंड खत्म कर दूंगा, जमीनां दी तोड़ पूरी कर दूंगा। जिहड़ियां इह नीतियां भगत सिंह दीआं ने सामराज में खात्मे की गल करदियां ने, सामराज में खात्मे की गल तां उहने कदे भी नहीं मां दे पुत ने कीती। इस करके जिहड़ियां सरमाएदारां ने नीतियां बनाईआं ने जिहदे करके साडे लोक औखे ने, जिहदे करके साडे बच्चों कोले रुजगार नहीं, जिहदे करके साडे सिर गल गल करजा है, वह नीतियां ते पहरा दे रहे ने, उसे दी कसम खाधी उन्हां ने। इस करके सानू नहीं आस लगती भी उह कोई भगत सिंह दे राह नूं परनाए होए ने। कहिंदे पग्गां बन्नण नाल भगत सिंह नहीं बन जांदा, ना ही उहदियां नीतियां ते चलिया जांदा। ਜਿਵੇਂ ਕਿ ਸੈਂਟਰ ਦੇ ਵਿੱਚ ਵੋਟਾਂ ਪੈ ਚੁੱਕੀਆਂ ਨੇ, ਪੰਜਾਬ ਵਿੱਚ ਵੀ ਪਈਆਂ ਨੇ, ਪਰ ਮੋਦੀ ਸਰਕਾਰ ਦੇ ਜੂਨ ਹੀ ਫਿਰ ਸਰਕੀ ਜਿੰਨੀਆਂ ਪੰਜਾਬ ਦੀਆਂ ਲਟਕਦੀਆਂ ਮੰਗਾਂ ਸੀ ਉਸੇ ਤਰੀਕੇ ਦੇ ਨਾਲ ਖੜੀਆਂ ਨੇ। ਕਾਨੂੰਨ ਹੈ ਜਿਹੜੇ ਲੱਗਦਾ ਕਿ ਉਹ ਫਿਰ ਉਸੇ ਤਰੀਕੇ ਨਾਲ ਰੱਦ ਕਰਨ ਦੇ ਮੂਡ ਦੇ ਵਿੱਚ ਆ ਰਿਹਾ, ਕੀ ਦੇ ਕਹਿਣਾ ਚਾਹੁੰਦੇ? ਰੱਦ ਕਰਨ ਦੇ ਮੂਡ 'ਚ ਤਾਂ ਰੱਦ ਤਾਂ ਕਰ ਚੁੱਕਿਆ, ਉਹ ਦੁਬਾਰੇ ਲਾਉਣ ਦੀ ਗੱਲ ਕਰੋ। ਜਿੱਥੇ ਤੱਕ ਤੁਸੀਂ ਕਹਿੰਦੇ ਹੋ ਵੀ ਉਹ ਚਾਰ ਰਾਜਾਂ 'ਚ ਚੋਣਾਂ ਜਿੱਤ ਗਿਆ ਅਤੇ ਪੰਜਾਬ 'ਚ ਚੋਣ ਹਾਰ ਗਿਆ, ਅਤੇ ਮੋਦੀ ਸਰਕਾਰ ਦੇ ਕੰਨ 'ਤੇ ਜੂ ਨਹੀਂ, ਤੁਸੀਂ ਕਦੇ ਕੰਨ ਦੇਖਿਆ ਉਹਦਾ? ਕਦੇ ਤੁਸੀਂ ਜੂ ਫਿਰਦੀ ਦੇਖੀ ਹੈ? ਇਹ ਗੱਲ ਤਾਂ ਤੁਹਾਡੇ ਕਿਆਸ ਲਾਈਆਂ ਹੋਈਆਂ ਨੇ ਵੀ ਉਹਨੂੰ ਕੋਈ ਫਰਕ ਨਹੀਂ ਪਿਆ। ਇਹ ਤਾਂ ਜਦੋਂ ਅਸੀਂ ਅੰਦੋਲਨ ਚੱਲ ਰਿਹਾ ਸੀ ਉਦੋਂ ਵੀ ਮੀਡੀਆ ਵਾਲੇ ਕਹਿੰਦੇ ਹੁੰਦੇ ਸੀ ਵੀ ਮੋਦੀ ਨੂੰ ਕੋਈ ਫਰਕ ਨਹੀਂ ਪੈਂਦਾ, ਭਾਈ ਸਾਲ ਬੈਠੇ ਰਹੋ ਚਾਹੇ 2 ਸਾਲ ਬੈਠੇ ਰਹੋ। ਅਸਲ ਵਿੱਚ ਪੰਜਾਬ ਦੀ ਧਰਤੀ ਕਿਹੋ ਜਿਹੀ ਧਰਤੀ ਹੈ, ਜਿੰਨਾ ਚਿਰ ਤੱਕ ਇੱਥੇ ਚੈਨ ਨਹੀਂ ਨਾ ਹੁੰਦੀ, ਮੋਦੀ ਕੀ ਉਹਦਾ ਪਿਓ ਹੋਵੇ ਕੁਰਸੀ 'ਤੇ, ਉਹ ਚੈਨ ਨਾਲ ਨਹੀਂ ਬਹਿ ਸਕਦਾ। ਤੁਸੀਂ ਕਿਵੇਂ ਕਹਿੰਦਾ ਵੀ ਮੋਦੀ ਦੇ ਕੰਨ 'ਤੇ ਜੂ ਨਹੀਂ ਸਰਕੀ? ਬਾਈ ਲਹਿਰਾਂ ਜਦੋਂ ਉੱਠਦੀਆਂ ਨੇ, ਇਹ ਨਹੀਂ ਵੀ ਸਾਰੇ ਪੰਜਾਬ ਹਿੰਦੁਸਤਾਨ 'ਚ ਇਕੱਠੀਆਂ ਉੱਠਦੀਆਂ ਨੇ, ਕਿਸੇ ਇੱਕ ਖਿੱਤੇ 'ਚ ਉੱਠਦੀਆਂ ਹੁੰਦੀਆਂ ਨੇ, ਇੱਕ ਗੱਲ ਉੱਠੀ ਹੋਈ ਹੈ ਪੰਜਾਬ ਦੇ ਵਿੱਚ। ਇਹ ਲਹਿਰ ਨੇ ਸਾਬਤ ਕੀਤੀ ਹੈ, ਤਬਦੀਲੀ ਕੀਤੀ ਹੈ, ਅਤੇ ਇਹ ਤਬਦੀਲੀ ਹੁਣ ਸਾਨੂੰ ਨਹੀਂ ਪਤਾ ਦੂਜਿਆਂ ਸੂਬਿਆਂ ਦੇ ਵਿੱਚ ਉਹ ਕਿਵੇਂ ਜਿੱਤੇ ਨੇ, ਪਰ ਦੂਜਿਆਂ ਸੂਬਿਆਂ 'ਚ ਮੋਦੀ ਦੇ ਖਿਲਾਫ਼ ਕਾਨੂੰਨਾਂ ਦੇ ਖਿਲਾਫ਼ ਜਿਵੇਂ ਗੱਲ ਪਹੁੰਚਾਉਣੀ ਸੀ ਉਹ ਸਾਡੇ ਅੰਦੋਲਨ ਨੇ ਪਹੁੰਚਾਈ ਹੈ। ਅਸੀਂ ਇਹ ਸਮਝਦੇ ਹਾਂ ਵੀ ਸਾਡਾ ਅੰਦੋਲਨ ਕਾਮਯਾਬ ਰਿਹਾ, ਜਿੰਨੀ ਗੱਲ ਉੱਧਰ ਪਹੁੰਚਾਉਣੀ ਸੀ ਉੱਧਰ ਚਲੀ ਗਈ, ਉੱਧਰ ਅੰਦੋਲਨ ਚੱਲਦੇ ਨੇ ਜਿਵੇਂ ਪੰਜਾਬ 'ਚ ਹੁੰਦੇ ਨੇ, ਹੌਲੀ ਹੌਲੀ ਅੰਦੋਲਨ ਉੱਧਰ ਵੀ ਇੰਨੇ ਹੋਣ ਲੱਗ ਜਾਣਗੇ। ਇਹ ਗੱਲ ਨਹੀਂ ਵੀ ਉਹਨਾਂ 'ਤੇ ਕੋਈ ਫਰਕ ਨਹੀਂ ਪਿਆ, ਇਹ ਤਾਂ ਤੁਹਾਡਾ ਸੋਚਣਾ ਹੋ ਸਕਦਾ। ਜਿਵੇਂ ਕਿ ਜਿਹੜੀਆਂ ਬਾਕੀ ਲਟਕਦੀਆਂ ਮੰਗਾਂ ਨੇ ਕੀ ਉਹ ਜਲਦੀ ਪੂਰੀ ਆਪਾਂ ਕਰਾ ਲਿਆ ਪਾਵਾਂਗੇ? ਮੰਗਾਂ ਤਾਂ ਬਹੁਤ ਲਟਕਦੀਆਂ ਨੇ ਜੀ, ਲਟਕਦੀਆਂ ਤਾਂ ਕਿੰਨੀਆਂ ਕਹਿ ਸਕਦੇ ਹਾਂ, ਕੁਝ ਦਿੱਲੀ ਮੋਰਚੇ ਨਾਲ ਲੱਗੀਆਂ ਹੋਈਆਂ ਨੇ ਉਹ ਮੰਗਾਂ ਨੇ, ਕੁਝ ਸਾਡੀਆਂ ਬੁਨਿਆਦੀ ਮੰਗਾਂ ਨੇ, ਜ਼ਮੀਨਾਂ ਦੀ ਤੋਟ ਵਾਲੀ ਮੰਗ ਹੈ, ਕਰਜ਼ੇ ਦੇ ਖਾਤਮੇ ਵਾਲੀ ਮੰਗ ਹੈ, ਅਤੇ ਬੇਰੁਜ਼ਗਾਰੀ ਨੂੰ ਖਤਮ ਕਰਨ ਦੀ ਮੰਗ ਹੈ, ਆਮ ਨਸ਼ੇ ਦਾ ਖਾਤਮਾ ਕਰਨ ਦੀ ਮੰਗ ਹੈ, ਇਹ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਮੰਗ ਕਰਦੇ ਹਾਂ। ਇਹ ਸਾਡੀਆਂ ਬੁਨਿਆਦੀ ਮੰਗਾਂ ਨੇ, ਇਹ ਚੱਲ ਰਹੀਆਂ ਨੇ, ਇਹ ਜਿੰਨਾ ਚਿਰ ਖਤਮ ਨਹੀਂ ਹੁੰਦੇ ਤਾਂ ਹੀ ਤਾਂ ਇਹ ਦਿਨ ਮਨਾ ਰਿਹਾ, ਅਤੇ ਕਹਿ ਰਿਹਾ ਵੀ ਉਹਨਾਂ ਚਿਰ ਲੜਾਂਗੇ ਅਸੀਂ, ਸੰਘਰਸ਼ ਕਰਾਂਗੇ, ਸੰਘਰਸ਼ ਕਰਨਾ ਸਾਡਾ ਕੰਮ ਹੈ। ਇਹ ਅੱਜ ਵੀ ਦੇਖ ਰਹੇ ਹਾਂ ਵੀ ਜਿਹੜੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਕਿਵੇਂ ਅਧੂਰੀ ਖੜੀ ਹੈ, ਜਿਵੇਂ ਉਹਨਾਂ ਨੇ ਕਿਹਾ ਸੀ ਵੀ ਇਨਕਲਾਬ ਜ਼ਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ। ਘੱਟੋ ਘੱਟ 70-75 ਸਾਲਾਂ ਦੀਆਂ ਇਲੈਕਸ਼ਨਾਂ ਤੋਂ ਬਾਅਦ ਅਸੀਂ ਐਂ ਦੇਖਿਆ ਵੀ ਚਲੋ ਕਿਸੇ ਨੇ ਤਾਂ ਇਨਕਲਾਬ ਜ਼ਿੰਦਾਬਾਦ ਦਾ ਅਖੀਰ ਨਾਰਾ ਲਾਇਆ, ਪਰ ਸਾਮਰਾਜਵਾਦ ਮੁਰਦਾਬਾਦ ਦਾ ਨਾਰਾ ਕੰਪਲੀਟ ਨਾ ਇਹ ਨਹੀਂ ਕੀਤਾ ਗਿਆ। ਉਹ ਫਰਕ ਕੀ ਹੈ, ਉਹ ਸੋਚ ਦਾ ਫਰਕ ਕੀ ਹੈ? ਸੋਚ ਦਾ ਫਰਕ ਇਹ ਹੈ ਵੀ ਸਿਰਫ ਰੰਗ ਬਦਲਿਆ ਲਟੇਰਿਆਂ ਦਾ, ਪਹਿਲਾਂ ਅੰਗਰੇਜ਼ ਸੀਗੇ ਗੋਰੇ ਸੀ, ਹੁਣ ਲੁੱਟਣ ਵਾਲੀ ਜਿਹੜੀ ਧਿਰ ਹੈ ਉਹ ਸਾਡੇ 'ਚੋਂ ਸਾਡਾ ਭਾਈਚਾਰਾ, ਉਹ ਕਾਲੇ ਅੰਗਰੇਜ਼ ਨੇ ਜਿਹੜੇ ਸਾਨੂੰ ਲੁੱਟ ਰਹੇ ਨੇ। ਸਾਮਰਾਜਵਾਦ ਜਿਹੜਾ ਨਾਰਾ ਦਿੱਤਾ ਸੀ ਵੀ ਮੁਰਦਾਬਾਦ, ਜਿੰਨਾ ਚਿਰ ਸਾਮਰਾਜਵਾਦ ਦਾ ਮੁਰਦਾਬਾਦ ਨਹੀਂ ਕੀਤਾ ਜਾਊਗਾ, ਬਹੁ ਕੌਮੀ ਕੰਪਨੀਆਂ ਜਿਹੜੀਆਂ ਲੁੱਟ ਕੇ ਆਪਦੀਆਂ ਕਚੋਰੀਆਂ ਭਰਦੀਆਂ ਨੇ ਅਤੇ ਆਮ ਮਜ਼ਦੂਰ ਵਰਗ ਦਾ ਜਾਂ ਕਿਸਾਨ ਵਰਗ ਦੀ ਜਿਹੜੀ ਵੱਡੀ ਲੁੱਟ ਕੀਤੀ ਜਾਂਦੀ ਹੈ, ਜਦੋਂ ਉਹ ਬਰਾਬਰਤਾ ਦਾ ਜਿਹੜਾ ਪਾੜਾ ਹੈ ਉਹ ਦੂਰ ਨਹੀਂ ਕੀਤਾ ਜਾਣਾ, ਉਨਾ ਚਿਰ ਇਹ ਜਿਹੜੀਆਂ ਸ਼ਹੀਦਾਂ ਦੀਆਂ ਸੋਚਾਂ ਆਈ ਅਧੂਰੀਆਂ ਰਹਿਣਗੀਆਂ। ਅਤੇ ਸਦਾ ਹੀ ਸ਼ਹੀਦਾਂ ਦੇ ਜਿਹੜੇ ਆਪਾਂ ਜੋੜ ਮੇਲੇ ਕਰਾਉਂਦੇ ਰਹਾਂਗੇ, ਉਹਨਾਂ ਦੀਆਂ ਜਿਹੜੀਆਂ ਅੰਤਿਮ ਸੋਚਾਂ ਸੀ ਉਹਨਾਂ ਨੂੰ ਉਜਾਰਦੇ ਰਹਾਂਗੇ, ਉਹਨਾਂ ਨੂੰ ਉਭਾਰਦੇ ਰਹਾਂਗੇ। ਲੱਗਦਾ ਆਮ ਆਦਮੀ ਪਾਰਟੀ ਆਈ ਹੈ, ਉਹਨਾਂ ਨੇ ਵੀ ਸ਼ਹੀਦ ਭਗਤ ਸਿੰਘ ਜੀ ਨੂੰ ਮਤਲਬ ਕਿ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਹੈ।
जे तुसी ऐ देखो जी जिहड़ा बंदा इनकलाब जिंदाबाद का नारा ला रहा है इहदा मतलब वह कुछ ना कुछ थोनू चीज बेचण आया है वह आपकी कोई चीज आपका कोई निज मूहरे रख के आया भगत सिंह के नाँ ते कोई चीज आपकी बेच रहा है जे वह चीज बेच लोगों की जिंदगी संबंधित है लोगों को बेचण नाल संबंधित है तो जथेबंदी सदैव लड़ती है या लड़ती रहूगी तो चंगा असी मानते जे यह नारा शहीद आजम भगत सिंह का पूरा किया जाता इनकलाब जिंदाबाद तो साम्राज्यवाद मुर्दाबाद कहा जाता यह कहना औखा है सरकारा नू क्यों लुटेरी जमात है लुट्टन नू बनते ने वह जेड़े मर्जी रंग च हो जाए जेड़े मर्जी ढंग दे विच हो जाए। अज जो बरनाले जिले के शहीद भगत सिंह राजगुरु ते सुखदेव का बानवा शहीदी दिहाड़ा मनाया जा रहा है ऊँ यह भारतीय किसान यूनियन एकता ग्राहां वालों पंजाब के तकरीबन 16 जिलों मनाया जा रहा है। भगत सिंह कहिंदा की सी भगत सिंह की सोच की सी वह सारिया गल् अज इतने नौजवानों स्टेज दिती गई है लोगों सांझगा कीतिया जाणगियां क्योंकि भगत सिंह 1931 जदों उन्हूं फांसी दिता गया है उदू पहला वह खासियां गल् कह गया सी कि इत्थे आजादी तो आऊगी एक समझौता हो पूर्ण आजादी नवीं आऊगी वह पूर्ण आजादी की सी वह सारिया गल् सियाँ उन्हें इनकलाब जिंदाबाद साम्राज्यवाद मुर्दाबाद का नारा दिता वो नारा अजे तक पूरा नहीं होया इतों दियाँ बख बख वोटर वालिया पार्टियां राजकरण वाले हाकम भी नारा दे के इनकलाब जिंदाबाद का नारा तो दे दिया पर मगरला जो साम्राज्यवाद मुर्दाबाद का नारा है वह नहीं लाते वो क्यों नहीं लाते वो कारण की असल साम्राज्यवाद मुर्दाबाद कहदा क्यों सी साम्राज्यवाद का अर्थ की है ये सारिया गल्लां लोगों को दसण वास्ते अज इत्थे उहदा शहीदी दिहाड़ा मनाया जा जिहड़े ये साडे श्रोमणी शहीद होए आ जी सरदार भगत सिंह राजगुरु सुखदेव इन्हां दी जिहड़ी सोच सीगी वो सोच जिहड़ी ये सीगी भी जिहड़े अपने देश च जिहड़ी आजादी आ जिहड़ी आजादी आ जिहड़ी हुण ये आपां नूं किताबां च भी पढ़ाई जाती है जां पेश कीती जाती आ वो आजादी सीगी जिहड़ी वो भगत सिंह दी सोच वाली आजादी नहीं आपां नूं मिली जिहड़ी आजादी भगत सिंह चाहुंदा सी वो चाहुंदा सी एक समाज दी जिहड़ी समाज बदलना चाहुंदा सी ना कि जिहड़े कुर्सी ते बैठी हुकूमत हाकम ने उन्हां दा उन्हां नूं बदलना चाहुंदा सी जिहड़े हुण आपां देखिए जिहड़ा हुण चल रहा जिहड़े लुट्ट कसुट होमी जा रही आ कल्ला मूंह महांदरा बदलिया जिहड़ी सियासत सीगी जिहड़े सियासतदान सीगे उन्हां दे उन्हां वल्लों चाहे हुण जिहड़ी सरकार बणी आ उहदे वल्लों भी कल्ला इनकलाब जिंदाबाद कह के वोटां दा बटोरियां जा रहियां ने पर उन्हां वल्लों जिहड़ा भगत सिंह दा नारा सीगा साम्राज्यवाद मुर्दाबाद वह भी लुकोया जा रहा लोगों तो क्योंकि ये गलबे च बजे हुए ने एक सहु खाते ने जो संविधान वो सहु खाते ने भी असी जिहड़ा साम्राज्यवाद आ जिहड़े कारपोरेट घराने ने जिहड़े पानी पी पी के लोगों नूं लुटदे ने जिहड़ी लुट कसुट करदे ने ये उन्हां दे विच ही बजे हुए ने उन्हां दे असी हुण जिहड़ी अज मंग करदे आ क्योंकि 2007 तो लैके लगातार भारतीय किसान यूनियन एकता ग्राहां वल्लों भगत सिंह दे शहीदी दिहाड़े ते जन्म दिहाड़े मनाए जा रहे ने असी अवेयर करदे आ जिहड़े हुण नौजवान पीढ़ी उन्होंने यह अवेयर करते हैं भी जिहड़ियां अपनी बुनियादी मंगा ने वो की ने जिहड़ी सरकार आपां नूं परोस रही है वो की आ जे कोई भी सरकार अज की घड़ी ये नहीं कहती भी असीं WTO दीआं नीतियां चों बाहर आवांगे जां असीं संसार बैंक दीआं नीतियां चों बाहर आवांगे ये उहदे विच बज्जियां होईयां ने उवें जेकर ये जिहड़े जिहड़े गुलाम बने हुए ने जिहड़ियां अमेरिका तों चल के जिहड़ियां नीतियां पालसियां आउंदियां ने वो साडे ते लागू करदे आ जो कि साडे शहीदां दा सुपना नहीं सीगा असीं वो महान शहीदां नूं अज नमन करन वास्ते सच्ची श्रद्धांजलि देण वास्ते इत्थे बरनाला जिले का इकट्ठ रख्या तो ये वास्ते जी इतने इकट्ठे देखो जी ये सारा इन्हां दा ढंग हुंदा जी वोटां बटोरन दा जिहड़ा ये बसंती रंग आ ये बसंती रंग वोटां वेले आउंदा वोटां वेले ये उगड़दा गा हुण ये वोटां वेले जिहड़ा इन्हां दा बसंती रंग सी ये वोटां दे समय गूढ़ा होया इस तों बाद हुण ये 5 साल फिक्का पै जूगा इहदा जिहड़ा रंग आ दुबारे फिर 5 सालां नूं जदों वोटां आउणियां ने फिर भगत सिंह दी गल होऊ फिर ये बसंती पग्गां मूहरे आउणगियां पर जिहड़ा इक संघर्षां दा राह जिहड़ा भगत सिंह ने दस्सिया सीगा वो राग आ वह जिहड़े आ किरती लोग ने जिहड़े इकट्ठे होए बैठे ने जिहड़े हुकूमत नाल सिद्धे मत्थे टक्कर लाई बैठे ने ये रंग आ जिहड़ा ये रंग गूढ़ा हुंदा जाणागा
ਜਿਹੜੀਆਂ ਸਰਕਾਰਾਂ ਨੇ ਇਹ ਕਦੇ ਨਹੀਂ ਚਾਹੁੰਦੀਆਂ ਵੀ ਜਿਹੜੀ ਭਗਤ ਸਿੰਘ ਦੀ ਅਸਲੀ ਸੋਚ ਆ ਉਹ ਲੋਕਾਂ ਤੱਕ ਜਾਵੇ। ਇਹ ਸਿਰਫ ਇਹ ਚਾਹੁੰਦੇ ਆ ਵੀ ਅਸੀਂ ਇਹਨਾਂ ਦੇ ਨਾਂ 'ਤੇ ਵੋਟਾਂ ਲੈ ਲਈਏ, ਕੋਈ ਇਹ ਕੌਮੀ ਸ਼ਹੀਦ ਦਾ ਦਰਜਾ ਨਹੀਂ ਦੇ ਸਕਦੇ ਭਗਤ ਸਿੰਘ ਨੂੰ। ਭਗਤ ਸਿੰਘ ਦਾ ਨਾਰਾ ਨਹੀਂ, ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ, ਭਗਤ ਸਿੰਘ ਨੇ ਜਿਹੜਾ ਸਾਮਰਾਜਵਾਦ ਮੁਰਦਾਬਾਦ ਦਾ ਨਾਰਾ ਦਿੱਤਾ ਸੀ ਉਹ ਨਹੀਂ ਇਹ ਲਾ ਸਕਦੇ। ਇਹ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਕਿੱਥੋਂ ਦੇ ਦੇਣਗੇ ਜੀ? ਇਹਨਾਂ ਦਾ ਤਾਂ ਵੋਟਾਂ ਲੈਣ ਤੱਕ ਹੀ ਬਸ ਸਾਰਾ। ਦੇਖੋ, ਸ਼ਹੀਦ ਦਾ ਦਰਜਾ ਉਹਨਾਂ ਲੋਕਾਂ ਨੇ ਥੋੜ੍ਹਾ ਦੇਣਾ ਜਿਹੜੇ ਲਟੇਰੇ ਹਾਕਮਾਂ ਦੀਆਂ ਨੀਤੀਆਂ 'ਤੇ ਚੱਲਦੇ ਨੇ। ਸ਼ਹੀਦ ਦਾ ਦਰਜਾ ਤਾਂ ਉਹ ਸ਼ਹੀਦ ਨੂੰ ਉਹੀ ਦੇ ਸਕਦੇ ਨੇ ਜਿਹੜੇ ਸ਼ਹੀਦ ਦੇ ਰਾਹਾਂ 'ਤੇ ਚੱਲਦੇ ਨੇ, ਉਹਦੇ ਰਾਹਾਂ ਨੂੰ ਪਰਨਾਏ ਹੋਏ ਨੇ, ਜਿਨ੍ਹਾਂ ਨੇ ਕੁਰਸੀਆਂ ਕਰਸੀਆਂ ਪਾਸੇ ਰੱਖ ਕੇ ਲੋਕਾਂ ਦੀ ਲੜਾਈ ਲੜੀ ਹੈ। ਉਹ ਲੋਕ ਹੀ ਰਾਹ ਨੂੰ ਚੁਣ ਸਕਦੇ ਨੇ। ਬੇਸ਼ੱਕ ਕਹਿ ਸਕਦਾ ਭਗਵੰਤ ਮਾਨ ਉਹਨੇ ਭਗਤ ਸਿੰਘ ਦੇ ਬਸੰਤੀ ਰੰਗ ਦੀ ਪੱਗ ਬੰਨ ਕੇ ਅਤੇ ਚੁੰਨੀਆਂ ਲੈ ਕੇ ਜਾਂ ਖੜਕੜ ਕਲਾਂ ਦੇ ਸਹੁੰ ਸਮਾਗਮ ਚੁੱਕ ਕੇ ਭਗਤ ਸਿੰਘ ਨਹੀਂ ਬਣ ਸਕਦਾ। ਉਹਦੀਆਂ ਨੀਤੀਆਂ ਨੂੰ 'ਤੇ ਚੱਲ ਕੇ ਤਾਂ ਭਗਤ ਸਿੰਘ ਦਾ ਬੈਠਦਾ ਹੀ ਹੈ ਨਾ। ਉਹ ਕਹਿੰਦਾ ਵੀ ਜੇ ਮੈਂ ਇੱਥੇ ਕਾਣੀ ਵੰਡ ਖਤਮ ਕਰ ਦੂੰਗਾ, ਜ਼ਮੀਨਾਂ ਦੀ ਤੋਟ ਪੂਰੀ ਕਰ ਦੂੰਗਾ। ਜਿਹੜੀਆਂ ਇਹ ਨੀਤੀਆਂ ਭਗਤ ਸਿੰਘ ਦੀਆਂ ਨੇ ਸਾਮਰਾਜਮੇ ਖਾਤਮੇ ਦੀ ਗੱਲ ਕਰਦੀਆਂ ਨੇ। ਸਾਮਰਾਜਮੇ ਖਾਤਮੇ ਦੀ ਗੱਲ ਤਾਂ ਉਹਨੇ ਕਦੇ ਵੀ ਨਹੀਂ ਮਾਂ ਦੇ ਪੁੱਤ ਨੇ ਕੀਤੀ। ਇਸ ਕਰਕੇ ਜਿਹੜੀਆਂ ਸਰਮਾਏਦਾਰਾਂ ਨੇ ਨੀਤੀਆਂ ਬਣਾਈਆਂ ਨੇ ਜਿਹਦੇ ਕਰਕੇ ਸਾਡੇ ਲੋਕ ਔਖੇ ਨੇ, ਜਿਹਦੇ ਕਰਕੇ ਸਾਡੇ ਬੱਚਿਆਂ ਕੋਲ ਰੁਜ਼ਗਾਰ ਨਹੀਂ, ਜਿਹਦੇ ਕਰਕੇ ਸਾਡੇ ਸਿਰ ਗਲ ਗਲ ਕਰਜ਼ਾ, ਉਹ ਨੀਤੀਆਂ 'ਤੇ ਪਹਿਰਾ ਦੇ ਰਹੇ ਨੇ, ਉਸੇ ਦੀ ਕਸਮ ਖਾਧੀ ਉਹਨਾਂ ਨੇ। ਇਸ ਕਰਕੇ ਸਾਨੂੰ ਨਹੀਂ ਆਸ ਲੱਗਦੀ ਵੀ ਉਹ ਕੋਈ ਭਗਤ ਸਿੰਘ ਦੇ ਰਾਹ ਨੂੰ ਪਰਨਾਏ ਹੋਏ ਨੇ। ਕਹਿੰਦੇ ਪੱਗਾਂ ਬੰਨਣ ਨਾਲ ਭਗਤ ਸਿੰਘ ਨਹੀਂ ਬਣ ਜਾਂਦਾ, ਨਾ ਹੀ ਉਹਦੀਆਂ ਨੀਤੀਆਂ 'ਤੇ ਚੱਲਿਆ ਜਾਂਦਾ। ਜਿਵੇਂ ਕਿ ਸੈਂਟਰ ਦੇ ਵਿੱਚ ਵੋਟਾਂ ਪੈ ਚੁੱਕੀਆਂ ਨੇ, ਪੰਜਾਬ ਵਿੱਚ ਵੀ ਪਈਆਂ ਨੇ, ਪਰ ਮੋਦੀ ਸਰਕਾਰ ਦੇ ਜੂ ਨਹੀਂ ਫਿਰ ਸਕੀ। ਜਿੰਨੀਆਂ ਪੰਜਾਬ ਦੀਆਂ ਲਟਕਦੀਆਂ ਮੰਗਾਂ ਸੀ ਉਸੇ ਤਰੀਕੇ ਦੇ ਨਾਲ ਖੜੀਆਂ ਨੇ। ਕਾਨੂੰਨ ਹੈ ਜਿਹੜੇ ਲੱਗਦਾ ਕਿ ਉਹ ਫਿਰ ਉਸੇ ਤਰੀਕੇ ਨਾਲ ਰੱਦ ਕਰਨ ਦੇ ਮੂਡ ਦੇ ਵਿੱਚ ਆ ਰਿਹਾ, ਕੀ ਦੇਖਣਾ ਚਾਹੁੰਦੇ? ਰੱਦ ਕਰਨ ਦੇ ਮੂਡ 'ਚ ਤਾਂ ਰੱਦ ਤਾਂ ਕਰ ਚੁੱਕਿਆ, ਉਹ ਦੁਬਾਰੇ ਲਾਉਣ ਦੀ ਗੱਲ ਕਰੋ। ਜਿੱਥੇ ਤੱਕ ਤੁਸੀਂ ਕਹਿੰਦੇ ਹੋ ਵੀ ਉਹ ਚਾਰ ਰਾਜਾਂ 'ਚ ਚੋਣਾਂ ਜਿੱਤ ਗਿਆ ਅਤੇ ਪੰਜਾਬ 'ਚ ਚੋਣ ਹਾਰ ਗਿਆ, ਅਤੇ ਮੋਦੀ ਸਰਕਾਰ ਦੇ ਕੰਨ 'ਤੇ ਜੂ ਨਹੀਂ, ਤੁਸੀਂ ਕਦੇ ਕੰਨ ਦੇਖਿਆ ਉਹਦਾ? ਕਦੇ ਤੁਸੀਂ ਜੂ ਫਿਰਦੀ ਦੇਖੀ ਹੈ? ਇਹ ਗੱਲ ਤਾਂ ਤੁਹਾਡੇ ਕਿਆਸ ਲਾਈਆਂ ਹੋਈਆਂ ਨੇ ਵੀ ਉਹਨੂੰ ਕੋਈ ਫਰਕ ਨਹੀਂ ਪਿਆ। ਇਹ ਤਾਂ ਜਦੋਂ ਅਸੀਂ ਅੰਦੋਲਨ ਚੱਲ ਰਿਹਾ ਸੀ ਉਦੋਂ ਵੀ ਮੀਡੀਆ ਵਾਲੇ ਕਹਿੰਦੇ ਹੁੰਦੇ ਸੀ ਵੀ ਮੋਦੀ ਨੂੰ ਕੋਈ ਫਰਕ ਨਹੀਂ ਪੈਂਦਾ, ਭਾਈ ਸਾਲ ਬੈਠੇ ਰਹੋ ਚਾਹੇ 2 ਸਾਲ ਬੈਠੇ ਰਹੋ। ਅਸਲ ਵਿੱਚ ਪੰਜਾਬ ਦੀ ਧਰਤੀ ਕਿਹੋ ਜਿਹੀ ਧਰਤੀ ਹੈ, ਜਿੰਨਾ ਚਿਰ ਤੱਕ ਇੱਥੇ ਚੈਨ ਨਹੀਂ ਨਾ ਹੁੰਦੀ, ਮੋਦੀ ਕੀ ਉਹਦਾ ਪਿਓ ਹੋਵੇ ਕੁਰਸੀ 'ਤੇ, ਉਹ ਚੈਨ ਨਾਲ ਨਹੀਂ ਬਹਿ ਸਕਦਾ। ਤੁਸੀਂ ਕਿਵੇਂ ਕਹਿੰਦਾ ਵੀ ਮੋਦੀ ਦੇ ਕੰਨ 'ਤੇ ਜੂ ਨਹੀਂ ਸਰਕੀ? ਬਾਈ, ਲਹਿਰਾਂ ਜਦੋਂ ਉੱਠਦੀਆਂ ਨੇ, ਇਹ ਨਹੀਂ ਵੀ ਸਾਰੇ ਪੰਜਾਬ ਹਿੰਦੁਸਤਾਨ 'ਚ ਇਕੱਠੀਆਂ ਉੱਠਦੀਆਂ ਨੇ, ਕਿਸੇ ਇੱਕ ਖਿੱਤੇ 'ਚ ਉੱਠਦੀਆਂ ਹੁੰਦੀਆਂ ਨੇ, ਇੱਕ ਗੱਲ ਉੱਠੀ ਹੋਈ ਹੈ ਪੰਜਾਬ ਦੇ ਵਿੱਚ। ਇਹ ਲਹਿਰ ਨੇ ਸਾਬਤ ਕੀਤੀ ਹੈ, ਤਬਦੀਲੀ ਕੀਤੀ ਹੈ, ਅਤੇ ਇਹ ਤਬਦੀਲੀ ਹੁਣ ਸਾਨੂੰ ਨਹੀਂ ਪਤਾ ਦੂਜਿਆਂ ਸੂਬਿਆਂ ਦੇ ਵਿੱਚ ਉਹ ਕਿਵੇਂ ਜਿੱਤੇ ਨੇ, ਪਰ ਦੂਜਿਆਂ ਸੂਬਿਆਂ 'ਚ ਮੋਦੀ ਦੇ ਖਿਲਾਫ਼, ਕਾਨੂੰਨਾਂ ਦੇ ਖਿਲਾਫ਼ ਜਿਵੇਂ ਗੱਲ ਪਹੁੰਚਾਉਣੀ ਸੀ ਉਹ ਸਾਡੇ ਅੰਦੋਲਨ ਨੇ ਪਹੁੰਚਾਈ ਹੈ। ਅਸੀਂ ਇਹ ਸਮਝਦੇ ਹਾਂ ਵੀ ਸਾਡਾ ਅੰਦੋਲਨ ਕਾਮਯਾਬ ਰਿਹਾ, ਜਿੰਨੀ ਗੱਲ ਉੱਧਰ ਪਹੁੰਚਾਉਣੀ ਸੀ ਉੱਧਰ ਚਲੀ ਗਈ, ਉੱਧਰ ਅੰਦੋਲਨ ਚੱਲਦੇ ਨੇ ਜਿਵੇਂ ਪੰਜਾਬ 'ਚ ਹੁੰਦੇ ਨੇ, ਹੌਲੀ ਹੌਲੀ ਅੰਦੋਲਨ ਉੱਧਰ ਵੀ ਇੰਨੇ ਹੋਣ ਲੱਗ ਜਾਣਗੇ। ਇਹ ਗੱਲ ਨਹੀਂ ਵੀ ਉਹਨਾਂ 'ਤੇ ਕੋਈ ਫਰਕ ਨਹੀਂ ਪਿਆ, ਇਹਦਾ ਤੁਹਾਡਾ ਸੋਚਣਾ ਹੋ ਸਕਦਾ। ਜਿਵੇਂ ਕਿ ਜਿਹੜੀਆਂ ਬਾਕੀ ਲਟਕਦੀਆਂ ਮੰਗਾਂ ਨੇ, ਕੀ ਉਹ ਜਲਦੀ ਪੂਰੀਆਂ ਪਕੜਾ ਲਿਆ ਪਾਵੇ? ਮੰਗਾਂ ਤਾਂ ਬਹੁਤ ਲਟਕਦੀਆਂ ਨੇ ਜੀ, ਲਟਕਦੀਆਂ ਤਾਂ ਕਿੰਨੀਆਂ ਕਹਿ ਸਕਦੇ ਹਾਂ, ਕੁਝ ਦਿੱਲੀ ਮੋਰਚੇ ਨਾਲ ਲੱਗੀਆਂ ਹੋਈਆਂ ਨੇ ਉਹ ਮੰਗਾਂ ਨੇ, ਕੁਝ ਸਾਡੀਆਂ ਬੁਨਿਆਦੀ ਮੰਗਾਂ ਨੇ, ਜ਼ਮੀਨਾਂ ਦੀ ਤੋਟ ਵਾਲੀ ਮੰਗ ਹੈ, ਕਰਜ਼ੇ ਦੇ ਖਾਤਮੇ ਵਾਲੀ ਮੰਗ ਹੈ, ਅਤੇ ਬੇਰੁਜ਼ਗਾਰੀ ਨੂੰ ਖਤਮ ਕਰਨ ਦੀ ਮੰਗ ਹੈ, ਆਮ ਨਸ਼ੇ ਦਾ ਖਾਤਮਾ ਕਰਨ ਦੀ ਮੰਗ ਹੈ, ਇਹ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਮੰਗ ਕਰਦੇ ਹਾਂ। ਇਹ ਸਾਡੀਆਂ ਬੁਨਿਆਦੀ ਮੰਗਾਂ ਨੇ, ਇਹ ਚੱਲ ਰਹੀਆਂ ਨੇ, ਇਹ ਜਿੰਨਾ ਚਿਰ ਖਤਮ ਨਹੀਂ ਹੁੰਦੇ ਤਾਂ ਹੀ ਤਾਂ ਦਿਨ ਮਨਾ ਰਹੇ ਅਤੇ ਕਹਿ ਰਹੇ ਹਾਂ ਵੀ ਉਹਨਾਂ ਚਿਰ ਲੜਾਂਗੇ ਅਸੀਂ, ਸੰਘਰਸ਼ ਕਰਾਂਗੇ, ਸੰਘਰਸ਼ ਕਰਨਾ ਸਾਡਾ ਕੰਮ ਹੈ। ਇਹ ਅੱਜ ਵੀ ਦੇਖ ਰਹੇ ਹਾਂ ਵੀ ਜਿਹੜੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਕਿਵੇਂ ਅਧੂਰੀ ਖੜੀ ਹੈ, ਜਿਵੇਂ ਉਹਨਾਂ ਨੇ ਕਿਹਾ ਸੀ ਵੀ ਇਨਕਲਾਬ ਜ਼ਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ। ਘੱਟੋ ਘੱਟ 70-75 ਸਾਲਾਂ ਦੀਆਂ ਇਲੈਕਸ਼ਨਾਂ ਤੋਂ ਬਾਅਦ ਅਸੀਂ ਐਂ ਦੇਖਿਆ ਵੀ ਚਲੋ ਕਿਸੇ ਨੇ ਤਾਂ ਇਨਕਲਾਬ ਜ਼ਿੰਦਾਬਾਦ ਦਾ ਅਖੀਰ ਨਾਰਾ ਲਾਇਆ, ਪਰ ਸਾਮਰਾਜਵਾਦ ਮੁਰਦਾਬਾਦ ਦਾ ਨਾਰਾ ਕੰਪਲੀਟ ਨਾ ਇਹ ਨਹੀਂ ਕੀਤਾ ਗਿਆ। ਉਹ ਫਰਕ ਕੀ ਹੈ, ਉਹ ਸੋਚ ਦਾ ਫਰਕ ਕੀ ਹੈ? ਸੋਚ ਦਾ ਫਰਕ ਇਹ ਹੈ ਵੀ ਸਿਰਫ ਰੰਗ ਬਦਲਿਆ ਲਟੇਰਿਆਂ ਦਾ, ਪਹਿਲਾਂ ਅੰਗਰੇਜ਼ ਸੀਗੇ ਗੋਰੇ ਸੀ, ਹੁਣ ਲੁੱਟਣ ਵਾਲੀ ਜਿਹੜੀ ਧਿਰ ਹੈ ਉਹ ਸਾਡੇ 'ਚੋਂ ਸਾਡਾ ਭਾਈਚਾਰਾ, ਉਹ ਕਾਲੇ ਅੰਗਰੇਜ਼ ਨੇ ਜਿਹੜੇ ਸਾਨੂੰ ਲੁੱਟ ਰਹੇ ਨੇ। ਸਾਮਰਾਜਵਾਦ ਜਿਹੜਾ ਨਾਰਾ ਦਿੱਤਾ ਸੀ ਵੀ ਮੁਰਦਾਬਾਦ, ਜਿੰਨਾ ਚਿਰ ਸਾਮਰਾਜਵਾਦ ਦਾ ਮੁਰਦਾਬਾਦ ਨਹੀਂ ਕੀਤਾ ਜਾਊਗਾ
ਬਹੁ ਕੌਮੀ ਕੰਪਨੀਆਂ ਜਿਹੜੀਆਂ ਲੁੱਟ ਕੇ ਆਪਦੀਆਂ ਕਚੋਰੀਆਂ ਭਰਦੀਆਂ ਨੇ ਅਤੇ ਆਮ ਮਜ਼ਦੂਰ ਵਰਗ ਦਾ ਜਾਂ ਕਿਸਾਨ ਵਰਗ ਦੀ ਜਿਹੜੀ ਵੱਡੀ ਲੁੱਟ ਕੀਤੀ ਜਾਂਦੀ ਹੈ, ਜਦੋਂ ਉਹ ਬਰਾਬਰਤਾ ਦਾ ਜਿਹੜਾ ਪਾੜਾ ਹੈ ਉਹ ਦੂਰ ਨਹੀਂ ਕੀਤਾ ਜਾਣਾ, ਉਨਾ ਚਿਰ ਇਹ ਜਿਹੜੀਆਂ ਸ਼ਹੀਦਾਂ ਦੀਆਂ ਸੋਚਾਂ ਆਈ ਅਧੂਰੀਆਂ ਰਹਿਣਗੀਆਂ। ਅਤੇ ਸਦਾ ਹੀ ਸ਼ਹੀਦਾਂ ਦੇ ਜਿਹੜੇ ਆਪਾਂ ਜੋੜ ਮੇਲੇ ਕਰਾਉਂਦੇ ਰਹਾਂਗੇ, ਉਹਨਾਂ ਦੀਆਂ ਜਿਹੜੀਆਂ ਅੰਤਿਮ ਸੋਚਾਂ ਸੀ ਉਹਨਾਂ ਨੂੰ ਉਜਾੜਦੇ ਰਹਾਂਗੇ, ਉਹਨਾਂ ਨੂੰ ਉਭਾਰਦੇ ਰਹਾਂਗੇ। ਲੱਗਦਾ ਆਮ ਆਦਮੀ ਪਾਰਟੀ ਆਈ ਹੈ।